ਰਾਮਦਾਸ ਅਰਜਨ ਗੁਰੂ ਬਰ ਸ਼੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਬਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਵਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਵਰੂਪ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਆਪਣੇ ਪਿਆਰਿਆਂ ਦੀ ਸਦਾ ਹੀ ਇੱਜ਼ਤ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਸਦਾ ਹੀ ਦਇਆਵਾਨ ਮਿਹਰਵਾਨ ਦਿਆਲੂ ਕਿਰਪਾਲੂ ਸੱਚੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੜੇ ਹੀ ਪਿਆਰ ਨਾਲ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਸਾਨੂੰ ਆਪਣੀ ਹਾਜ਼ਰੀ ਵਿੱਚ ਬੈਠਣ ਦਾ ਦਰਸ਼ਨ ਕਰਨ ਦਾ ਸੰਗਤ ਕਰਨ ਦਾ ਸਮਾਂ ਗੁਰੂ ਜੀ ਨੇ ਦਇਆ ਕਰਕੇ ਬਖਸ਼ਿਸ਼ ਕੀਤਾ ਹੈ। ਗੁਰਬਾਣੀ ਜੀ ਦਾ ਰਸ ਭਿੰਨਾ ਕੀਰਤਨ ਪ੍ਰੇਮ ਭਰਿਆ ਕੀਰਤਨ ਆਪ ਜੀ ਗੁਰਮੁਖਾਂ ਪਿਆਰਿਆਂ ਦੀ ਰਸਨਾ ਤੋਂ ਸਰਵਣ ਕਰ ਰਹੇ ਸੀ। ਭਾਈ ਜਤਿੰਦਰ ਸਿੰਘ ਜੀ ਇੰਗਲੈਂਡ ਤੋਂ ਜੋ ਕਿ ਬੜੇ ਪਿਆਰ ਨਾਲ ਸਭ ਪਰਿਵਾਰ ਚੜ੍ਹਾਇਆ ਬੇੜੇ ਸਾਰਾ ਪਰਿਵਾਰ ਹੀ ਇਹਨਾਂ ਨੇ ਆਪਣਾ ਗੁਰੂ ਘਰ ਦੇ ਲੇਖੇ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਲਾਇਆ ਹੈ। ਦਿਨ ਰਾਤ ਵਿਦੇਸ਼ਾਂ ਦੀ ਧਰਤੀ ਉੱਤੇ ਰਹਿ ਕੇ ਔਰ ਗੁਰੂ ਘਰ ਦੀ ਗੱਲ ਕਰਦੇ ਹਨ, ਸੰਗਤਾਂ ਨੂੰ ਸਤਿਗੁਰੂ ਜੀ ਦੇ ਚਰਨਾਂ ਨਾਲ ਜੋੜਨ ਦਾ ਯਤਨ ਕਰਦੇ ਹਨ। ਆਪ ਜੀ ਨੇ ਪਹਿਲਾਂ ਇਹਨਾਂ ਦੀਆਂ ਬੱਚੀਆਂ ਪਾਸੋਂ ਕੀਰਤਨ ਕੀਤਾ, ਫਿਰ ਉਹਨਾਂ ਨੇ ਆਪ ਜੀ ਨੂੰ ਕੀਰਤਨ ਸਰਵਣ ਕਰਾਇਆ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਕਿਰਪਾ ਕਰਦੇ ਹਨ। ਦੇਵ ਗੰਧਾਰੀ ਮੇਰੇ ਮਨ ਮੁਖ ਹਾਰ 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 ਬੋਲੀ ਹੈ। ਇਹਦੇ ਤੋਂ ਸੌਖੀ ਗੱਲ ਮਹਾਰਾਜ ਹੋਰ ਦੱਸੋ ਸਾਨੂੰ ਕੀ ਕਹਿਣ ਜੀ, ਇਹਦੇ ਤੋਂ ਸੌਖਾ ਉਪਦੇਸ਼ ਕੀ ਹੋ ਸਕਦਾ ਜੀ। ਕਿਸੇ ਗੁਰਸਿੱਖ ਸੰਤ ਮਹਾਤਮਾ ਦੇ ਕੋਲ ਲੋਕ ਜਾਂਦੇ ਨੇ, ਹੱਥ ਜੋੜਦੇ ਹੈ, ਸਾਨੂੰ ਉਪਦੇਸ਼ ਦਿਓ ਜੀ, ਸਾਨੂੰ ਕੋਈ ਗੱਲ ਦੱਸੋ ਜੀ, ਇਹਦੇ ਤੋਂ ਸੌਖੀ ਗੱਲ ਦੱਸੋ ਮਹਾਰਾਜ ਕੀ ਕਹਿਣ ਦੀ।
ਮੇਰੇ ਮਨ ਮੁਖ ਹਰ 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 ਬੋਲੀਐ ਹੈ। ਗੁਰਮੁਖ ਰੰਗ ਚਲੂਲੈ ਰਾਤੀ, ਹਰ ਪ੍ਰੇਮ ਭਿੰਨੀ ਚੋਲੀਐ ਹੈ। ਮਹਾਰਾਜ ਕਹਿੰਦੇ ਗੁਰਸਿੱਖੋ, ਆਪਣੇ ਮਨ ਨਾਲ ਗੱਲ ਕਰਿਆ ਕਰੋ। ਮਨ ਨਾਲ ਗੱਲ ਕਰਨ ਵਾਲਾ, ਆਪਣੇ ਮਨ ਨੂੰ ਸਮਝਾਉਣ ਵਾਲਾ ਬੰਦਾ ਸਤਸੰਗ ਜੀ ਬਹੁਤ ਕੁਝ ਖੱਟ ਸਕਦਾ ਜੀ। ਸਮਝਾਉਣ ਵਾਲਾ ਦੋ ਤਰ੍ਹਾਂ ਦੀਆਂ ਗੱਲਾਂ ਨੇ ਜੀ। ਇੱਕ ਮਨ ਨਾਲ ਗੱਲ ਕੀਤੀ, ਮਨ ਨੇ ਕਿਹਾ ਮਾੜਾ ਕੰਮ ਕਰਦੇ, ਕਰ ਲਿਆ ਜੀ, ਉਹਦਾ ਤਾਂ ਬੇੜਾ ਡੁੱਬ ਜਾਏਗਾ ਜੀ। ਮਨ ਨੇ ਕਿਹਾ ਗਾਣੇ ਸੁਣ ਲਾ, ਗਾਣੇ ਗਾਲਾ, ਗੱਲ ਨਹੀਂ ਬਣੇਗੀ ਜੀ। ਮਹਾਰਾਜ ਕਹਿੰਦੇ ਆਪਣੇ ਮਨ ਨੂੰ ਕਿਹਾ ਕਰੋ, ਮੇਰੇ ਮਨ ਮੁਖ ਹਰ 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 ਬੋਲੀਐ। ਆਪਣੇ ਮਨ ਨੂੰ ਕਿਹਾ ਕਰੋ ਵੀ ਤੂੰ ਵੀ ਵਾਹਿਗੁਰੂ 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 ਬੋਲ। ਕਿਉਂ? ਕਹਿੰਦੇ ਜਿਹੜੇ ਗੁਰਮੁਖ, ਜਿਨ੍ਹਾਂ ਨੇ ਵਾਹਿਗੁਰੂ ਵਾਹਿਗੁਰੂ ਬੋਲਿਆ ਜੀ, ਜਿਨ੍ਹਾਂ ਨੇ ਦਿਨ ਰਾਤ ਜਪਿਆ ਜੀ, ਦਿਨ ਰਾਤੀ ਆਰਾਧੋ ਪਿਆਰਾ, ਨਿਮਖ ਨਾ ਕੀਜਾ ਢੀਲਾ। ਜਿਨ੍ਹਾਂ ਨੇ ਦਿਨ ਰਾਤ ਜਪਿਆ ਨਾ ਜੀ, ਗੁਰਮੁਖ ਰੰਗ ਚਲੂਲੈ ਰਾਤੀ, ਉਹਨਾਂ ਨੂੰ ਚਲੂਲਾ ਰੰਗ ਚੜ੍ਹ ਗਿਆ ਜੀ, ਪੱਕਾ ਰੰਗ ਚੜ੍ਹ ਗਿਆ, ਇਸ ਰੰਗ 'ਚ ਰੱਤੇ ਗਏ ਜੀ ਉਹ ਜੀ। ਹਰ ਪ੍ਰੇਮ ਭਿੰਨੀ ਚੋਲੀਐ, ਉਹਨਾਂ ਦਾ ਪਹਿਰਾਵਾ, ਉਹਨਾਂ ਦੇ ਜੀਵਨ ਨੂੰ ਬਤੀਤ ਕਰਨ ਦਾ ਤਰੀਕਾ ਵਾਹਿਗੁਰੂ ਦੇ ਪ੍ਰੇਮ ਵਿੱਚ ਭਿੱਜ ਗਿਆ ਜੀ, ਭਿੱਜ ਗਿਆ ਜੀ। ਪਹਿਲਾਂ ਉਹਨਾਂ ਦੀਆਂ ਬੱਚੀਆਂ ਨੇ ਕੀਰਤਨ ਕੀਤਾ, ਉਹ ਵੀ ਨਾਮ ਦੇ ਪ੍ਰਥਾਏ ਸਨ ਜੀ, ਨਾਮ ਦੇ ਪ੍ਰਥਾਏ ਸੀਗਾ। ਗੁਰੂ ਘਰ ਵਿੱਚ ਸਭ ਤੋਂ ਵੱਡਾ, ਸਭ ਤੋਂ ਸ੍ਰੇਸ਼ਟ ਜਿਹੜਾ ਸੰਗਤ ਜੀ, ਉਹ ਨਾਮ ਹੈ। ਨਾਮ ਜਪਣ ਵਾਲਿਆਂ ਦੀ ਸਾਰੀ ਖੇਡ ਜਿਹੜੀ ਹੈ, ਸੰਸਾਰ ਵਿੱਚ ਰਹਿੰਦਿਆਂ ਵੀ ਉਹ ਸੰਸਾਰੀਆਂ ਤੋਂ ਵੱਖਰੀ ਹੁੰਦੀ ਹੈ ਜੀ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਹਕੇਰੀ ਬਿਖਮ ਮਾਰਗ ਚੱਲਣਾ। ਸੱਚੇ ਪਾਤਸ਼ਾਹ ਗਰੀਬ ਨਵਾਜ ਕਿਰਪਾ ਕਰਨ ਭਾਈ ਜਤਿੰਦਰ ਸਿੰਘ ਜੀ ਨੂੰ ਬਹੁਤ ਬਹੁਤ ਜੀ ਆਇਆਂ ਨੂੰ। ਪਿਛਲੀ ਵਾਰੀ ਵੀ ਆਏ ਸਨ, ਉਦੋਂ ਫੌਜਾਂ ਹੈਦਰਾਬਾਦ ਸਨ, ਇਸ ਕਰਕੇ ਮੇਲਾ ਗੇਲਾ ਨਹੀਂ ਸੀ ਹੋਇਆ। ਹੁਣ ਮਹਾਰਾਜ ਨੇ ਕਿਰਪਾ ਕੀਤੀ ਹੈ, ਆਓ ਹੁਣ ਲੜੀਵਾਰ ਸਾਖੀ ਵਿੱਚ ਸੁਰਤ ਜੋੜੀਏ ਜੀ। ਥੋੜ੍ਹਾ ਸਮਾਂ ਆਪਾਂ ਮਹਾਰਾਜ ਜੀ ਦੀ ਕਥਾ ਕਰ ਲਈਏ। ਦੋਵੇਂ ਹੱਥ ਜੋੜ ਕੇ ਪ੍ਰੇਮ ਨਾਲ ਕਹੋ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਬੈਠੇ ਨੇ, ਥੋੜ੍ਹੇ ਜਿਹੇ ਸਿੱਖ ਮਹਾਰਾਜ ਦੇ ਕੋਲ ਬੈਠੇ ਨੇ ਜੀ। ਮਹਾਰਾਜ ਦੇ ਗੜਬਈ ਸਨ ਭਾਈ ਆਲਮ ਸਿੰਘ ਜੀ। ਗੜਬਈ ਉਹਨੂੰ ਕਹਿੰਦੇ ਜਿਹਨੇ ਸਦਾ ਹਾਜ਼ਰੀ 'ਚ ਰਹਿਣਾ ਹੋਵੇ ਜੀ, ਜਿਹਨੇ ਸਦਾ ਲਾਗੇ ਰਹਿਣਾ ਹੋਵੇ ਜੀ। ਭਾਈ ਆਲਮ ਸਿੰਘ ਜੀ ਕਿਸੇ ਕਾਰਜ ਕਰਕੇ ਸੇਵਾ ਦੇ ਕਾਰਜ ਵਿੱਚ ਲੱਗ ਗਏ ਜੀ। ਮਹਾਰਾਜ ਨੇ ਜਲ ਛਕਣਾ ਸੀਗਾ ਜੀ। ਮਹਾਰਾਜ ਨੇ ਭਾਈ ਆਲਮ ਸਿੰਘ ਨੂੰ ਵੇਖਿਆ ਵੀ ਆਲਮ ਸਿੰਘ ਸਾਡੇ ਲਾਗੇ ਨਹੀਂ ਹੈਗਾ। ਹਾਂਜੀ, ਵੇਖੋ ਉਹ ਸਿੱਖ, ਉਹ ਸਿੰਘ ਕਿੰਨੇ ਭਾਗਾਂ ਵਾਲਾ। ਗੁਰੂ ਗੋਬਿੰਦ ਸਿੰਘ ਜੀ ਨੇ ਜਲ ਛਕਣਾ ਤਾਂ ਉਸ ਪਿਆਰੇ ਨੂੰ ਲੱਭ ਰਹੇ ਮਹਾਰਾਜ। ਹਾਂਜੀ, ਵੀ ਉਹ ਨਹੀਂ ਹੈ ਲਾਗੇ। ਆਲਮ ਸਿੰਘ ਜੀ ਦਾ ਭਰਾ ਹੋਏਗਾ, ਕਿਉਂਕਿ ਸਾਖੀ 'ਚ ਨਾਮ ਜਾਲਮ ਸਿੰਘ ਆਇਆ ਜੀ। ਹਾਂਜੀ,
ਹੋ ਸਕਦਾ ਭਾਈ ਆਲਮ ਸਿੰਘ ਦਾ ਭਰਾ ਹੋਵੇ ਜੀ ਉਹ। ਲਾਗੇ ਜਾਲਮ ਸਿੰਘ ਬੈਠਾ ਜੀ, ਵੇਖੋ ਨਾਮ ਕਿੱਡਾ। ਹਾਂਜੀ, ਸੁਣ ਕੇ ਹੀ ਬੰਦਾ ਡਰ ਜੇ ਜੀ। ਅਤੇ ਟੀਟੂ ਸ਼ੀਟੂ ਤੋਂ ਥੋੜ੍ਹੀ ਡਰਨਾ ਕਿਸੇ ਨੇ ਜੀ। ਜਾਲਮ ਸਿੰਘ ਬੈਠਾ ਲਾਗੇ ਅਤੇ ਮਹਾਰਾਜ ਨੇ ਉਹਨੂੰ ਕਿਹਾ ਜਲ ਛਕਾ। ਜਾਲਮ ਸਿੰਘ ਜੀ ਜਲ ਛਕਣ ਲਿਆਉਣ ਲੱਗੇ ਅਤੇ ਇੱਕ ਬਹੁਤ ਸੁੰਦਰ ਗੋਰਾ ਚਿੱਟਾ ਨੌਜਵਾਨ ਉਹ ਉੱਠ ਕੇ ਭਾਈ ਜਾਲਮ ਸਿੰਘ ਨੂੰ ਕਹਿੰਦਾ ਵੀ ਗੁਰੂ ਸਾਹਿਬ ਨੂੰ ਜਲ ਮੈਂ ਛਕਾ ਦਾਂ। ਉਹਨਾਂ ਇਸ਼ਾਰਾ ਕੀਤਾ ਵੀ ਲੈ ਆ। ਉਹ ਮਹਾਰਾਜ ਨੂੰ ਜਲ ਛਕਾਉਣ ਲਈ ਬਾਟਾ ਉਹਨੇ ਅੱਗੇ ਕੀਤਾ। ਸਤਿਗੁਰੂ ਅੰਤਰਜਾਮੀ ਨੇ ਸਿੱਖਿਆ ਦੇਣੀ ਮਹਾਰਾਜ ਨੂੰ। ਉਸ ਬੱਚੇ ਦਾ ਪਤਾ ਨਹੀਂ ਜੀ ਉਹ ਕਿਹੋ ਜਿਹਾ ਹੈਗਾ ਜੀ, ਉਹ ਕੀ ਕਰਦਾ ਹੋਏਗਾ, ਗੁਪਤ ਪ੍ਰਗਟ ਸਭ ਕੁਝ ਪਤਾ ਜੀ। ਪਰ ਮਹਾਰਾਜ ਉਹਨੂੰ ਸਿੱਖਿਆ ਦੇਣ ਲੱਗੇ ਜੀ। ਮਹਾਰਾਜ ਕਹਿੰਦੇ ਤੇਰੇ ਹੱਥ ਬੜੇ ਕੂਲੇ ਆ। ਕਹਿੰਦਾ ਹਾਂ ਮਹਾਰਾਜ, ਦਰਵਾਜ਼ਾ ਬੰਦ ਕਰ ਦਿਓ, ਕੂਲਿੰਗ ਨਿਕਲ ਜਾਣੀ ਸਾਰੀ। ਮਹਾਂ ਤਾਂ ਏ ਸੀ ਠੰਡੇ ਕਰਨ ਦਾ ਇਹ ਹੈ। ਹਾਂਜੀ, ਉਹ ਵੀ ਖੋਲ੍ਹ ਕੇ ਕੱਢ ਦਿਓ ਬਾਹਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੇਰੇ ਹੱਥ ਬੜੇ ਕੂਲੇ ਹੈ, ਦੱਸ ਸੇਵਾ ਕਰਦਾ ਕਦੀ, ਮਾਤਾ ਪਿਤਾ ਦੀ ਸੇਵਾ ਕੀਤੀ ਕਦੀ? ਕਹਿੰਦਾ ਨਹੀਂ ਮਹਾਰਾਜ, ਨੌਕਰ ਚਾਕਰ ਇੰਨੇ ਜ਼ਿਆਦਾ ਅਤੇ ਸੱਚੇ ਪਾਤਸ਼ਾਹ ਲੋੜ ਹੀ ਨਹੀਂ ਪੈਂਦੀ। ਮਹਾਰਾਜ ਨੇ ਪਾਣੀ ਰੋੜ ਦਿੱਤਾ ਜੀ, ਉਹ ਜਲ ਛਕਿਆ ਨਹੀਂ, ਰੋੜ ਦਿੱਤਾ। ਗੁਰੂ ਸਾਹਿਬ ਨੇ ਸਖਤ ਸ਼ਬਦ ਵਰਤਿਆ ਜੀ, ਸਖਤ ਸ਼ਬਦ ਵਰਤਿਆ। ਉਹ ਸ਼ਬਦ ਕੀ ਵਰਤਿਆ? ਮਹਾਰਾਜ ਕਹਿੰਦੇ ਵਿਹਲੜ ਦੇ ਹੱਥ ਲੱਗ ਗਏ ਹੈ ਪਾਣੀ ਨੂੰ, ਇਹ ਪਾਣੀ ਪੀਣ ਦੇ ਯੋਗ ਨਹੀਂ ਹੈਗਾ। ਸੰਗਤ ਜੀ, ਬੰਦਿਆਂ ਦੇ ਜੀਵਨ ਦਾ ਬੜਾ ਹੀ ਅਸਰ ਹੁੰਦਾ ਜੀ। ਭਾਈ ਗੁਰਦਾਸ ਜੀ ਕਹਿੰਦੇ ਮੱਧ ਵਿੱਚ ਰਿੱਧਾ ਪਾਏ ਕਹਿ ਕੁੱਤੇ ਦਾ ਮਾਸ ਹੈ। ਸ਼ਰਾਬ ਦੇ ਵਿੱਚ ਕੁੱਤੇ ਦਾ ਮਾਸ ਪਾਇਆ ਜੀ, ਰਿੰਨਿਆ ਜੀ। ਨਾ ਸ਼ਰਾਬ ਪਵਿੱਤਰ, ਨਾ ਕੁੱਤੇ ਦਾ ਮਾਸ ਜੀ, ਉਹਨੂੰ ਰਿੰਨ ਦਿੱਤਾ ਜੀ। ਬੰਦੇ ਦੀ ਖੋਪੜੀ ਦੇ ਵਿੱਚ ਫਿਰ ਉਹ ਰਿੱਝਿਆ ਹੋਇਆ ਮਾਸ ਪਾਇਆ ਜੀ। ਖੂਨ ਵਾਲਾ ਕੱਪੜਾ ਉਹਦੇ ਨਾਲ ਉਸ ਮਾਸ ਨੂੰ ਢੱਕ ਦਿੱਤਾ ਜੀ, ਅਤੇ ਬਦਬੂ ਆਉਣ ਦੀ ਬਦਬੂ ਜੀ। ਬਹੁਤ ਨੀਵਾਂ ਕਰਮ ਕਰਕੇ, ਮੈਲਾ ਕਰਮ ਕਰਕੇ ਇੱਕ ਬਹੁਤ ਮੈਲੀ ਕੁਚੈਲੀ ਬੀਬੀ ਜਿਹੜੀ ਹੈ ਉਹ ਉਸ ਮਾਸ ਨੂੰ ਲੈ ਕੇ ਚੱਲੀ ਅਤੇ ਉਹਨੇ ਮਾਸ ਕੱਜਿਆ ਹੋਇਆ ਜੀ। ਕਿਸੇ ਨੇ ਪੁੱਛਿਆ ਵੀ ਇਹ ਕੀ ਕਰ ਰਹੀ ਹੈ? ਕਹਿਣ ਲੱਗੀ ਮਾਸ ਤਾਂ ਕੱਜਿਆ ਕਿ ਨਦਰੀ ਪਵੇ ਨਾ ਅਕਿਰਤ ਘਣ, ਮਤ ਹੋਏ ਵਿਨਾਸ਼। ਕਿਸੇ ਅਕਿਰਤ ਘਣ ਬੰਦੇ ਦੀ ਨਜ਼ਰ ਪੈ ਗਈ ਅਤੇ ਸਭ ਕੁਝ ਖਰਾਬ ਹੋ ਜਾਣਾ ਜੀ। ਹੁਣ ਬੰਦਾ ਪੁੱਛੇ ਵੀ ਕੁੱਤੇ ਦਾ ਮਾਸ ਹੈ, ਸ਼ਰਾਬ 'ਚ ਰਿੰਨਿਆ, ਬੰਦੇ ਦੀ ਖੋਪੜੀ 'ਚ ਤੂੰ ਲੈ ਕੇ ਜਾ ਰਹੀ ਹੈ, ਅਤੇ ਖੂਨ ਵਾਲੇ ਕੱਪੜੇ ਨਾਲ ਤੂੰ ਉੱਤੋਂ ਕੱਜਿਆ, ਉਹ ਫਿਰ ਵੀ ਕਹਿੰਦੀ ਅਕਿਰਤ ਘਣ ਦੀ ਨਜ਼ਰ ਨਾ ਪਵੇ ਜੀ। ਅਸਰ ਹੁੰਦਾ ਜੀ, ਅਸਰ ਹੁੰਦਾ। ਮਹਾਰਾਜ ਕਹਿਣ ਲੱਗੇ ਜਿਸ ਬੰਦੇ ਨੇ ਕਦੀ ਸੱਤ ਸੰਗਤ ਦੀ ਸੇਵਾ ਹੀ ਨਹੀਂ ਕੀਤੀ, ਅਸੀਂ ਉਸ ਬੰਦੇ ਦੇ ਹੱਥੋਂ ਕੁਝ ਨਹੀਂ ਛਕਣਾ। ਸਿੱਖਿਆ ਦੇਣੀ ਸੀ ਉਹ ਤਾਂ ਮੁੱਢ ਕਦੀਮੀ ਮਹਾਰਾਜ ਦਾ ਸਿੱਖ ਸੀਗਾ ਜੀ। ਉਹਨੇ ਕਿਹਾ, ਕਹਿੰਦਾ ਮਹਾਰਾਜ ਸਾਡਾ ਪਰਿਵਾਰ ਤੁਹਾਡਾ ਸਿੱਖ ਜੀ। ਹੁਣ ਅੱਜ ਕੀ ਆ ਜੀ, ਟੌਰ ਕੱਢ ਲੈਣਾ। ਹਾਂਜੀ, ਪੂਰੀ ਟੌਰ ਕੱਢਣੀ ਹੈ,
ਪਰ ਕਿਤੇ ਸੰਗਤ ਵਿੱਚ ਆ ਕੇ ਕੌਲੀ ਵੀ ਚੁੱਕ ਕੇ ਇੱਧਰ ਦੀ ਉੱਧਰ ਨਹੀਂ ਰੱਖਣੀ ਅਤੇ ਜੋ ਮਰਜ਼ੀ ਕਰੀ ਜਾਣ, ਗੁਰੂ ਜੀ ਨੂੰ ਨਹੀਂ ਪ੍ਰਵਾਨ ਹੈਗਾ ਜੀ। ਵੇਖੀਦਾ ਜੀ, ਬੜੀ ਟੌਹਰ ਕੱਢ ਕੇ ਆਉਣਗੇ, ਚੰਗੀ ਗੱਲ ਹੈ। ਮਹਾਰਾਜ ਕਹਿੰਦੇ ਜੇ ਪ੍ਰਸਾਦ ਪਾਟ ਪਟੰਬਰ ਹੰਡਾਵੈ, ਚੰਗੇ ਚੰਗੇ ਕੱਪੜੇ ਪਾਏ, ਉਹਦੀ ਕਿਰਪਾ ਉਹਦੀ ਬਖਸ਼ਿਸ਼ ਹੈ ਤਾਂ ਮਿਲੇ, ਨਹੀਂ ਤਾਂ ਨਹੀਂ ਮਿਲਦੇ। ਪਰ ਸੰਗਤ ਦੀ ਸੇਵਾ ਬੜੀ ਜ਼ਰੂਰੀ ਹੈ, ਸੰਗਤ ਦੀ ਸੇਵਾ ਬਹੁਤ ਜ਼ਰੂਰੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਤੇਰੇ ਕੋਲੋਂ ਤਾਂ ਨਹੀਂ ਛਕਣਾ, ਤੂੰ ਸੰਗਤ ਦੀ ਸੇਵਾ ਨਹੀਂ ਕੀਤੀ, ਤੂੰ ਆਪਣੇ ਮਾਂ ਪਿਓ ਦੀ ਵੀ ਨਹੀਂ ਸੇਵਾ ਕੀਤੀ। ਇਸ ਕਰਕੇ ਯਤਨ ਕਰਿਆ ਕਰੋ। ਮੈਂ ਉਸ ਦਿਨ ਵੀ ਬੇਨਤੀ ਕੀਤੀ ਸੀ ਵੀ ਨਿਆਣੇ ਘੇਰ ਘੇਰ ਕੇ, ਨੌਜਵਾਨ ਬੱਚੇ ਛਬੀਲ ਲਾ ਕੇ ਰੋਡ ਦੇ ਉੱਤੇ ਟ੍ਰੈਫਿਕ ਜਾਮ ਕੀਤੀ, ਗੱਡੀਆਂ 'ਤੇ ਗੱਡੀਆਂ ਰੁਕੀਆਂ ਜੀ। ਹਾਂਜੀ, ਟਰੇ ਅੱਗੇ ਕਰਕੇ ਕਹਿੰਦੇ ਜੀ ਛਬੀਲ ਪੀ ਕੇ ਜਾਣੀ ਹੈ, ਘਰ ਮਾਂ ਪਿਓ ਦਾ ਫੋਨ ਨਹੀਂ ਚੁੱਕਦੇ ਜੀ। ਹਾਂਜੀ, ਮਾਂ ਪਿਓ ਉਹਨਾਂ 'ਤੇ ਸਾਂਭਣ ਵਾਸਤੇ ਕੁੜੀਆਂ ਰੱਖੀਆਂ ਸਪੈਸ਼ਲ ਬਾਹਰੋਂ, ਅਤੇ ਦੱਸੋ ਫਿਰ ਉਹਨਾਂ ਦੀ ਛਬੀਲ ਪਿਆਈ ਪ੍ਰਵਾਨ ਹੋ ਜਾਏਗੀ ਜੀ? ਮਹਾਰਾਜ ਨੇ ਨਹੀਂ ਪੀਣੀ ਜੀ, ਮਹਾਰਾਜ ਨੇ ਨਹੀਂ ਪੀਣੀ ਜੀ। ਹਾਂਜੀ, ਜੋ ਮਰਜ਼ੀ ਬੰਦਾ ਕਰ ਲਏ ਜੀ। ਇਸ ਤਰ੍ਹਾਂ ਮਹਾਰਾਜ ਸਿੱਖਿਆ ਦਿੰਦੇ ਹੈ, ਭਲਾ ਕਰਦੇ ਹੈ। ਹੁਣ ਅੱਗੋਂ ਉਹ ਬੱਚਾ ਸੁਣ ਰਿਹਾ, ਅੱਗੋਂ ਹੁਣ ਕਥਾ ਸੁਣੀਏ। ਥੋੜ੍ਹਾ ਜਿਹਾ ਸਮਾਂ ਮਹਾਰਾਜ ਦੇ ਚਰਨਾਂ 'ਚ ਹਾਜ਼ਰੀ ਦਵਾਈਏ, ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਤਬ ਸਤਿਗੁਰ ਉਪਦੇਸ਼ਤ ਭਨੈ, ਪੜਬੇ ਤੇ ਕਛ ਸਿੱਖ ਨਾ ਬਨੈ। ਸਿੱਖ ਸਮਝਿਓ, ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨੂੰ ਉਪਦੇਸ਼ ਦਿੱਤਾ ਜੀ। ਮਹਾਰਾਜ ਕਹਿੰਦੇ ਤੂੰ ਪੜ੍ਹਿਆ ਲਿਖਿਆ ਬੜਾ, ਤੂੰ ਪੈਸੇ ਵਾਲਾ ਵੀ ਬੜਾ, ਤੇਰਾ ਰੰਗ ਰੂਪ ਵੀ ਬੜਾ ਸੋਹਣਾ, ਪਰ ਤੂੰ ਸਤਸੰਗਤ ਦੀ ਸੇਵਾ ਨਹੀਂ ਕੀਤੀ, ਇਸ ਕਰਕੇ ਅਸੀਂ ਤੇਰੇ ਹੱਥੋਂ ਜਲ ਨਹੀਂ ਛੱਕ ਸਕਦੇ, ਤੇਰੇ ਹੱਥੋਂ ਨਹੀਂ ਛੱਕ ਸਕਦੇ। ਮਾੜੀ ਜੀ ਚੋਟ ਹੀ ਲਾਉਣੀ ਹੁੰਦੀ ਜੀ, ਚੋਟ ਹੀ ਲਾਉਣੀ ਹੁੰਦੀ ਜੀ। ਇੱਕ ਮਹਾਂਪੁਰਖ ਰੱਬ ਦੇ ਪਿਆਰੇ ਬੈਠੇ ਅਤੇ ਰਾਗੀ ਸਿੰਘ ਧਾਰਨਾ ਪੜ੍ਹਨ ਦਿਆ ਜੀ, ਵਾਜੇ 'ਤੇ ਉੱਚੀ ਉੱਚੀ ਗੱਦ ਗੱਦ ਕੇ, ਸੇਵਾ ਨੂੰ ਮੇਵਾ ਲੱਗਦਾ ਕਰਕੇ ਕੋਈ ਦੇਖ ਲਓ। ਉਹ ਮਹਾਂਪੁਰਖ ਗੱਬ ਦੇ ਪਿਆਰੇ ਬੇਪਰਵਾਹ ਸੀਗੇ, ਸੰਗਤ 'ਚ ਬੈਠੇ ਕਹਿੰਦੇ ਉਹ ਰਾਗਾ ਸਿਆ ਬੋਲੀ ਜਾਂਦਾ, ਸੇਵਾ ਕੀਤੀ ਉਹ ਕਦੀ? ਉਹਨੇ ਉਹਨੂੰ ਮਹਿਸੂਸ ਹੋਇਆ, ਉਹਨੇ ਉਰੋਂ ਕੱਪੜਿਆਂ 'ਚ ਵਾਜਾ ਬੰਨ੍ਹਦੇ ਸੀ ਚਾਦਰ 'ਚ, ਉਹਨੇ ਚਾਦਰ 'ਚ ਉਸੇ ਵੇਲੇ ਵਾਜਾ ਬੰਨ੍ਹ ਕੇ ਕਹਿਣ ਲੱਗਾ ਹੁਣ ਸਾਲ ਸੇਵਾ ਕਰਕੇ ਫਿਰ ਹੀ ਵਾਜੇ ਨੂੰ ਹੱਥ ਲਾਉਣਾ। ਕਹਿੰਦਾ ਹੁਣ ਸੇਵਾ ਕਰਕੇ ਹੀ ਹੱਥ ਲਾਵਾਂਗਾ, ਮਹਾਂਪੁਰਖੋ ਬੜੇ ਟਾਈਮ 'ਤੇ ਚੋਟ ਮਾਰੀ ਜੇ ਕਹਿੰਦਾ। ਹਾਂਜੀ, ਮਹਾਰਾਜ ਨੇ ਚੋਟ ਹੀ ਲਾਉਣੀ ਹੁੰਦੀ ਜੀ, ਅੱਗੋਂ ਬੰਦਾ ਆਪ ਵੇਖੇ ਸਮਝੇ। ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨੂੰ ਕਿਹਾ ਤਾਂ ਤੇਰੇ ਹੱਥੋਂ ਜਲ ਨਹੀਂ ਛਕਣਾ ਅਸੀਂ। ਸਿੱਖ ਸਮਝਿਓ ਸੁਣ ਗੁਰ ਉਪਦੇਸ਼ੂ। ਉਹ ਸਿਆਣਾ ਸੀਗਾ ਜੀ, ਉਹ ਮਹਾਰਾਜ ਦਾ ਉਪਦੇਸ਼ ਸੁਣ ਕੇ ਸਮਝ ਗਿਆ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੈਨੂੰ ਕਹਿ ਕੀ ਰਹੇ ਨੇ। ਹਾਂਜੀ, ਬਖਸ਼ਾਇਓ ਬਨ ਦੀਨ ਵਿਸ਼ੇਸ਼ੂ। ਉਹ ਬੜੀ ਨਿਮਰਤਾ ਵਿੱਚ ਆ ਗਿਆ। ਚੇਤਾ ਰੱਖਿਓ, ਇਹੋ ਜਿਹੇ ਸਮੇਂ ਬੰਦਾ ਜਿੰਨੀ ਨਿਮਰਤਾ ਰੱਖੇਗਾ ਉਹਨਾਂ ਉਹਦਾ ਭਲਾ ਹੋਏਗਾ ਜੀ।
ਨਿਮਰਤਾ 'ਚ ਆ ਗਿਆ। ਕਹਿੰਦਾ ਮਹਾਰਾਜ ਬਖਸ਼ ਲਓ, ਮੇਰੇ ਕੋ ਭੁੱਲ ਹੋ ਗਈ, ਤੁਸਾਂ ਸੱਚ ਕਿਹਾ। ਅੱਜ ਤੱਕ ਮੈਂ ਆਪਣੀ ਜ਼ਿੰਦਗੀ 'ਚ ਕਦੀ ਵੀ ਸਤਸੰਗਤ ਦੀ ਸੇਵਾ ਨਹੀਂ ਕੀਤੀ। ਹਾਂਜੀ, ਸਿੱਖ ਸੰਤਨ ਦਿਜ ਅਤਿਥ ਨਕੇਰੀ, ਹਾਂਜੀ, ਕਰਬੇ ਲਾਗਿਓ ਸੇਵਕ ਨੇਰੀ। ਉਹ ਫਿਰ ਘਰ ਨਹੀਂ ਗਿਆ ਜੀ ਆਪਣੇ, ਉਹ ਕਹਿੰਦਾ ਮੈਂ ਅਨੰਦਪੁਰ ਸਾਹਿਬ ਹੀ ਰਹਿਣਾ ਜੀ। ਅਨੰਦਪੁਰ ਸਾਹਿਬ ਰਹਿਣ ਲੱਗ ਪਿਆ, ਆਈਆਂ ਸੰਗਤਾਂ ਦੀ, ਗੁਰਮੁਖਾਂ ਦੀ ਸੇਵਾ ਕਰਨ ਲੱਗ ਪਿਆ ਜੀ। ਸੇਵਾ ਵੀ ਫਿਰ ਕਰਬੇ ਲਾਗਿਓ ਸੇਵਕ ਨੇਰੀ, ਇਹ ਨਹੀਂ ਵੀ ਘੰਟਾ ਭਾਂਡੇ ਮਾਂਝ ਕੇ ਛੁੱਟੀ ਦੀ, ਨਹੀਂ ਜੀ, ਬਹੁਤੀ ਸੇਵਾ ਕੀਤੀ ਦੀ। ਉਹਦੇ ਸੇਵਾ ਕਰਨ ਵਿੱਚ ਉਹਨੇ ਦਿਨ ਰਾਤ ਇੱਕ ਕਰ ਦਿੱਤਾ ਜੀ। ਹਾਂਜੀ, ਤਨ ਮਨ ਧਨ ਤੇ ਸੇਵ ਕਰੰਤਾ, ਸਰੀਰ ਕਰਕੇ, ਮਨ ਕਰਕੇ, ਮਾਇਆ ਵੀ ਸੀ ਉਹਦੇ ਕੋਲ ਜੀ, ਧਨ ਕਰਕੇ ਉਹ ਫਿਰ ਸੇਵਾ ਕਰਨ ਲੱਗ ਪਿਆ ਜੀ। ਸੇਵਾ ਕਰਨ ਲੱਗ ਪਿਆ, ਸੇਵਾ ਦੀ ਕਮਾਈ ਉਹਨੇ ਦਿਨ ਰਾਤ ਸ਼ੁਰੂ ਕਰ ਦਿੱਤੀ। ਹੋਹੇ ਭਲਾ ਮੇਰੋ ਚਿਤਵੰਤਾ, ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਗੱਲ ਉਹਦੇ ਕੰਨਾਂ 'ਚ ਵਾਰ ਵਾਰ ਗੂੰਜੇ, ਤੇਰੇ ਹੱਥੋਂ ਤਾਂ ਜਲ ਨਹੀਂ ਛਕਣਾ, ਤੂੰ ਕਦੀ ਸੇਵਾ ਨਹੀਂ ਕੀਤੀ। ਹੁਣ ਨਾ ਉਹ ਇਹ ਗੱਲ ਸੋਚ ਕੇ ਸੇਵਾ ਕਰਦਾ ਵੀ ਮੈਂ ਸੇਵਾ ਕਰਾਂਗਾ, ਮੇਰਾ ਭਲਾ ਹੋਵੇਗਾ। ਗੱਜ ਕੇ ਆਖੋ ਵਾਹਿਗੁਰੂ, ਵਾਹਿਗੁਰੂ। ਆਪਾਂ ਇੱਥੇ ਬੈਠੇ ਹਾਂ, ਇਹ ਮਨ 'ਚ ਭਾਵ ਰੱਖ ਕੇ ਬੈਠਿਓ ਵੀ ਸਾਡਾ ਭਲਾ ਹੋ ਰਿਹਾ ਜੀ। ਹਾਂਜੀ, ਹੋਰ ਗੱਲਾਂ ਸਾਰੀਆਂ ਛੱਡੋ, ਜਿੰਨਾ ਟਾਈਮ ਇੱਥੇ ਬੈਠੇ, ਟਾਈਮ ਤਾਂ ਸਫਲਾ ਹੋ ਰਿਹਾ ਨਾ ਜੀ, ਸਮਾਂ ਤਾਂ ਸਫਲਾ ਹੋ ਰਿਹਾ ਨਾ ਜੀ। ਇੱਕ ਗੁਰਮੁਖ ਪਿਆਰੇ ਆ ਕੇ ਬੈਠੇ, ਇੱਕੋ ਹੀ ਪੰਗਤੀ ਬੋਲੀ, ਕਹਿੰਦੇ ਘੜੀ ਘੜੀ ਕਾ ਲੇਖਾ ਮੰਗ ਹੈ, ਹੋਰ ਨਹੀਂ ਉਹਨਾਂ ਕੋਈ ਗੱਲ ਕੀਤੀ, ਘੜੀ ਘੜੀ ਕਾ ਲੇਖਾ ਮੰਗ ਹੈ। ਉੱਥੇ ਤਾਂ ਘੜੀ ਘੜੀ ਦਾ ਲੇਖਾ ਹੋਏਗਾ ਜੀ। ਹਾਂਜੀ, ਅਤੇ ਆਹ ਘੜੀਆਂ ਜਦੋਂ ਅੱਗੇ ਆਉਣੀਆਂ, ਫਿਰ ਪਤਾ ਲੱਗਣਾ ਸੰਗਤ ਜੀ। ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਸੁਣ ਕੇ ਉਹ ਆਪਣਾ ਭਲਾ ਸਮਝ ਕੇ ਸੇਵਾ ਕਰਨ ਲੱਗਾ। ਸਿੱਖ ਸੰਗਤ ਪਿਖ ਕਰ ਬਹੁ ਸੇਵਾ, ਸੰਗਤ ਵੀ ਉਹਦੀ ਸੇਵਾ ਵੇਖਿਆ ਕਰੇ ਵੀ ਵਾਹ ਵਾਹ, ਆਹ ਨੌਜਵਾਨ ਤੇ ਬੜੀ ਸੇਵਾ ਕਰਦਾ, ਦਿਨ ਰਾਤ ਸੇਵਾ ਵਿੱਚ ਹੀ ਲੱਗਾ ਰਹਿੰਦਾ ਜੀ। ਹਾਂਜੀ, ਕਰ ਹੈ ਪ੍ਰਸ਼ੰਸਨ ਢਿੱਗ ਗੁਰਦੇਵਾ, ਸਾਰੇ ਉਹਦੀ ਤਾਰੀਫ ਕਰਨ ਲੱਗ ਪਏ, ਮਹਾਰਾਜ ਫਲਾਣਾ ਸਿੰਘ ਬੜੀ ਸੇਵਾ ਕਰਦਾ, ਮਹਾਰਾਜ ਕਮਾਲ ਕਰ ਦਿੱਤੀ ਉਹਨੇ, ਕੈਸਾ ਬਚਨ ਆਪ ਜੀ ਨੇ ਉਦਣ ਕੀਤਾ। ਨਿਤ ਪ੍ਰਤ ਸੇਵਾ ਮਹਿ ਸਿੱਖ ਰਾਤਾ, ਮਹਾਰਾਜ ਉਹ ਰਾਤ ਵੀ ਨਹੀਂ ਵੇਖਿਆ ਕਦੀ ਉਹਨੂੰ ਸੁੱਤਿਆਂ, ਰਾਤ ਵੀ ਕੋਈ ਨਾ ਕੋਈ ਸੇਵਾ ਕਰ ਰਿਹਾ ਹੁੰਦਾ ਜੀ, ਰਾਤ ਵੀ ਕੋਈ ਨਾ ਕੋਈ ਸੇਵਾ ਕਰ ਰਿਹਾ ਹੁੰਦਾ, ਸੂਰਜ ਚੜ੍ਹਨ ਤੱਕ, ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਹਜ਼ਾਰਾਂ ਬੰਦਿਆਂ ਦਾ ਲੰਗਰ ਅਨੰਦਪੁਰ ਸਾਹਿਬ 'ਚ ਤਿਆਰ ਹੁੰਦਾ ਸੀਗਾ ਜੀ, ਮਹਾਰਾਜ ਸੱਚੇ ਪਾਤਸ਼ਾਹ ਦੀ ਹਾਜ਼ਰੀ 'ਚ ਜੀ। ਰਾਤ ਵੀ ਮਹਾਰਾਜ ਸੇਵਾ ਹੀ ਕਰਦਾ ਰਹਿੰਦਾ, ਦਿਨੇ ਵੀ ਸੇਵਾ ਕਰਦਾ ਰਹਿੰਦਾ, ਉਹ ਚੋਟ ਵੱਜ ਗਈ ਨਾ ਜੀ। ਹਾਂਜੀ, ਆਪਣੋ ਭਲਾ ਕਰਨ ਤਿੰਨ ਜਾਤਾ, ਮਹਾਰਾਜ ਲੱਗਦਾ ਵੀ ਇਹਨੇ ਭਲਾ ਕਰਾ ਕੇ ਹੀ ਜਾਣਾ ਆਪਣਾ, ਮਹਾਰਾਜ ਇਹਦਾ ਭਲਾ ਕਰ ਦਿਓ ਸੱਚੇ ਪਾਤਸ਼ਾਹ। ਸੁਣ ਕਲਗੀ ਧਰ ਭਏ ਪ੍ਰਸੰਨ, ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ, ਦਸਵੇਂ ਪਾਤਸ਼ਾਹ ਬਾਜਾਂ ਵਾਲੇ, ਤਾਜਾਂ ਵਾਲੇ, ਫੌਜਾਂ ਵਾਲੇ, ਮਹਾਰਾਜ ਇਹ ਗੱਲ ਸੁਣ ਕੇ ਬਹੁਤ ਹੀ ਖੁਸ਼ ਹੋਏ ਜੀ, ਬਹੁਤ ਖੁਸ਼। ਚੇਤਾ ਰੱਖਿਓ, ਜਦੋਂ ਕੋਈ ਸੇਵਾ ਸਿਮਰਨ ਦੀ ਕਮਾਈ ਕਰਦਾ, ਗੁਰੂ ਜੀ ਉਹਦੇ 'ਤੇ ਬਹੁਤ ਖੁਸ਼ ਹੋ ਜਾਂਦੇ ਜੀ।
ਅਤੇ ਮੇਰੇ ਵਰਗਾ ਜਿਹੜਾ ਫੋਨ ਚਲਾਉਂਦਾ ਰਹਿੰਦਾ ਉਹਨੂੰ ਵੇਖ ਕੇ ਤਾਂ ਭਾਵੇਂ ਨਾਰਾਜ਼ ਹੀ ਹੁੰਦੇ ਹੋਣ ਜੀ। ਹੈਂ ਮਹਾਰਾਜ ਉਹਦੇ 'ਤੇ ਬਹੁਤ ਖੁਸ਼ ਹੁੰਦੇ ਜੇ ਜਿਹੜਾ ਸੇਵਾ ਕਰਦਾ, ਕਹਿਣ ਦੀ ਲੋੜ ਨਾ ਪਏ, ਆਪੇ ਹੀ ਭੱਜ ਭੱਜ ਕੇ ਕਰੇ ਜੀ, ਉਹਦੇ 'ਤੇ ਬੜੇ ਖੁਸ਼ ਹੁੰਦੇ। ਮਹਾਰਾਜ ਨੇ ਉਹਨੂੰ ਕਿਹਾ ਥੋੜ੍ਹੀ ਜੀ, ਆਟਾ ਗੁੰਨਿਆ ਕਰ, ਵੀ ਤੂੰ ਭਾਂਡੇ ਮਾਂਜਿਆ ਕਰ, ਤੂੰ ਪਾਣੀ ਲਿਆਇਆ ਕਰ, ਤੂੰ ਬਾਲਣ ਲੈ ਕੇ ਆਇਆ ਕਰ, ਕਿਹਾ ਥੋੜ੍ਹੀ ਜੀ ਉਹਨੂੰ ਜੀ। ਬਸ ਉਹ ਲੱਗ ਗਿਆ ਜੀ। ਮਹਾਰਾਜ ਸੱਚੇ ਪਾਤਸ਼ਾਹ ਬਹੁਤ ਪ੍ਰਸੰਨ ਹੋਏ। ਖੁਸ਼ੀ ਕਰੀ ਭਾ ਤਤ ਸ਼ਿਨ ਧੰਨ। ਸੱਚੇ ਪਾਤਸ਼ਾਹ ਗਰੀਬ ਨਵਾਜ ਨੇ ਦਿਲੋਂ ਖੁਸ਼ੀ ਦਿੱਤੀ ਜੀ ਫਿਰ ਉਹਨੂੰ ਜੀ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਜਦੋਂ ਮਹਾਰਾਜ ਉਹਦੇ 'ਤੇ ਖੁਸ਼ ਹੋਏ, ਬਸ ਧੰਤਾ ਦੇ ਯੋਗ ਬਣਾ ਤਾ, ਧੰਨ ਸੇਵਾ ਸੇਵਕ ਸੇਵਕ ਪ੍ਰਵਾਨ। ਮਹਾਰਾਜ ਨੇ ਪ੍ਰਵਾਨ ਕਰ ਲਿਆ ਜੀ, ਧੰਤਾ ਯੋਗ ਬਣਾ ਲਿਆ ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ। ਹੁਣ ਜੇ ਮਹਾਰਾਜ ਕਹਿੰਦੇ ਹੀ ਨਾ, ਉਹਨੂੰ ਖੁਸ਼ੀ ਨਹੀਂ ਸੀ ਮਿਲਣੀ ਜੀ। ਉਹ ਵੀ ਚੰਗਾ ਜੀ, ਉੱਠ ਕੇ ਪਾਣੀ ਲੈਣ ਤੁਰ ਪਿਆ ਜੀ, ਉਹ ਵੀ ਬੈਠਾ ਰਹਿੰਦਾ, ਇਹ ਗੱਲ ਹੀ ਨਹੀਂ ਸੀ ਬਣਨੀ ਜੀ, ਗੱਲ ਹੀ ਨਹੀਂ ਸੀ ਬਣਨੀ ਜੀ। ਉੱਠ ਕੇ ਤੁਰ ਪਿਆ ਵੀ ਮੈਂ ਜਲ ਛਕਾਉਂਦਾ ਜੀ। ਹਾਂਜੀ, ਇਤਨੀ ਕਥਾ ਉਚਾਰ ਸੁਣਾਈ। ਸੰਗਤ ਜੀ, ਇਹ ਕਥਾ ਜਿਹੜੀ ਤੁਸੀਂ ਸੁਣ ਰਹੇ ਹੋ, ਬਾਬਾ ਬੁੱਢਾ ਸਾਹਿਬ ਜੀ ਦੀ ਅੰਸ ਬੰਸ਼, ਬਾਬਾ ਰਾਮ ਕੋਇਰ ਜੀ, ਭਾਈ ਗੁਰਬਖਸ਼ ਸਿੰਘ ਜੀ, ਜਿਨ੍ਹਾਂ ਬਾਜਾਂ ਵਾਲੇ ਸਤਿਗੁਰਾਂ ਨੂੰ ਗੁਰਤਾ ਗੱਦੀ ਦਾ ਤਿਲਕ ਲਾਇਆ ਸੀਗਾ ਜੀ, ਉਹ ਸਿੰਘਾਂ ਨੂੰ ਇਹ ਕਥਾ ਸੁਣਾ ਰਹੇ ਨੇ ਸਾਰੀ ਜੀ। ਹਾਂਜੀ, ਪ੍ਰੇਮ ਸਮਾਦਰ ਦਾ ਹੋਏ ਆਈ। ਲਓ ਜੀ, ਇਹ ਕਥਾ ਸੁਣਾਉਂਦਿਆਂ ਸੁਣਾਉਂਦਿਆਂ ਨਾ ਬਾਬਾ ਰਾਮ ਕੋਇਰ ਜੀ ਦੀ ਸਮਾਧੀ ਲੱਗ ਗਈ ਜੀ। ਹਾਂਜੀ, ਇੱਥੇ ਨਾ ਕਰਨ ਵਾਲਿਆਂ ਦੀ ਲੱਗਦੀ, ਨਾ ਸੁਣਨ ਵਾਲਿਆਂ ਦੀ ਲੱਗਦੀ ਜੀ, ਸੁਣਨ ਵਾਲਿਆਂ ਦੀ ਭਾਵੇਂ ਲੱਗ ਜਾਂਦੀ ਹੋਏ ਜੀ। ਬਾਬਾ ਰਾਮ ਕੋਇਰ ਜੀ ਦੀ ਸਮਾਧੀ ਲੱਗ ਗਈ। ਰਾਮ ਕੋਇਰ ਮੁੰਦ੍ਰਿਤ ਕਰ ਨੈਣ। ਬਾਬਾ ਰਾਮ ਕੋਇਰ ਜੀ ਨੇ ਨੇਤਰ ਬੰਦ ਕਰ ਲਏ ਜੀ। ਮਹਾਰਾਜ ਦੀ ਕਥਾ ਕਰਦਿਆਂ ਕਰਦਿਆਂ ਪ੍ਰੇਮ ਨੇ ਗੇੜਾ ਖਾਧਾ, ਐਸਾ ਮਨ ਵਿੱਚ ਪ੍ਰੇਮ ਦਾ ਉਛਾਲਾ ਵੱਜਿਆ, ਅੱਖਾਂ ਬੰਦ ਹੋ ਗਈਆਂ। ਬੈਠਿਓ ਅਚਲ ਕਹਿ ਨਾ ਬੈਨ। ਅਚਲ ਬੈਠ ਗਏ ਜੀ। ਅਚਲ ਕਹਿੰਦੇ ਸਰੀਰ ਨਹੀਂ ਹਿੱਲਦਾ ਜੀ ਉਹਦੇ ਵਿੱਚ, ਅਚਲ ਸਰੀਰ ਨਾ ਹਿੱਲੇ ਜੀ, ਮੁੱਖੋਂ ਗੱਲ ਨਹੀਂ ਹੋ ਰਹੀ, ਸਰੀਰ ਹਿੱਲ ਨਹੀਂ ਰਿਹਾ ਜੀ, ਇਹਨੂੰ ਸਮਾਧੀ ਕਹਿੰਦੇ ਜੀ। ਕਈ ਗੁਰਮੁਖਾਂ ਦੀ ਬਣ ਜਾਂਦੀ ਅਵਸਥਾ ਜੀ, ਉਹਨਾਂ ਦਾ ਨਾ ਬੋਲਣ ਨੂੰ ਜੀ ਕਰਦਾ, ਨਾ ਹਿੱਲਣ ਨੂੰ ਜੀ ਕਰਦਾ, ਜਿਸ ਰਸ 'ਚ ਮਗਨ ਹੁੰਦੇ ਆ ਉਸ ਰਸ ਨੂੰ ਛਕਣ ਦਾ ਜੀ ਕਰਦਾ ਜੀ। ਸਭ ਸਰੋਤਾ ਮਨ ਆਨੰਦ ਪਾਏ। ਕਥਾ ਸੁਣ ਕੇ ਸਾਰੇ ਸਰੋਤੇ ਬੜੇ ਖੁਸ਼ ਹੋਏ ਵੀ ਵਾਹ ਵਾਹ, ਬਾਬਾ ਰਾਮ ਕੋਇਰ ਜੀ ਨੇ ਤੇ ਸਾਨੂੰ ਕਥਾ ਵਿੱਚ ਮਹਾਰਾਜ ਦੇ ਦਰਸ਼ਨ ਹੀ ਕਰਾ ਦਿੱਤੇ ਸੱਚੇ ਪਾਤਸ਼ਾਹ ਜੀ ਦੇ। ਆਪਣੇ ਆਪਣੇ ਥਾਨ ਸਿਧਾਏ। ਬਾਬਾ ਜੀ ਦੀ ਲੱਗ ਗਈ ਸਮਾਧੀ ਤੇ ਸਿੰਘ ਕਥਾ ਸੁਣ ਕੇ ਆਪੋ ਆਪਣੇ ਅਸਥਾਨਾਂ 'ਤੇ ਚਲੇ ਗਏ ਜੀ। ਜਿੱਥੇ ਜਿੱਥੇ ਜਿਹਦਾ ਜਿਹਦਾ ਪੜਾਅ ਸੀ ਉਹ ਉੱਥੇ ਉੱਥੇ ਚਲੇ ਗਿਆ ਜੀ। ਪਾਸ਼ਲ ਪਹਿਰ ਦਿਵਸ ਕੋ ਹੁਤੇ। ਹਾਂਜੀ, ਬੁੱਢਾ ਤਬ ਸਮਾਧ ਮਹਿ ਜੁਤੋ। ਹਾਂ, ਪਾਸ਼ਲ ਪਹਿਰ ਇੱਕ ਦਿਨ ਰਾਤ ਰਹਿ, ਇੱਕ ਪਹਿਰ ਦਿਨ ਦਾ ਰਹਿੰਦਾ ਸੀਗਾ ਜੀ। ਜਿਵੇਂ ਆਪਾਂ ਕਹਿ ਲਈਏ ਵੀ ਦੁਪਹਿਰ ਦੇ 3 ਵਜੇ ਹੋਣ ਜੀ, ਉਰੋਂ ਬੈਠੇ ਗੱਲਾਂ ਬਾਤਾਂ ਹੋ ਰਹੀਆਂ ਸਨ, ਉਦੋਂ ਸਮਾਧੀ ਲੱਗੀ ਜੀ ਉਹਨਾਂ ਦੀ, ਫਿਰ ਬੈਠੇ ਹੀ ਰਹੇ ਜੀ।
ਸ਼ਾਮ ਨੂੰ ਵੀ ਬੈਠੇ ਰਹੇ, ਰਾਤ ਨੂੰ ਵੀ ਬੈਠੇ ਰਹੇ ਜੀ। ਸਰਬ ਜਾਮਨੀ ਤਿਵੇਂ ਬਿਤਾਈ, ਸਾਰੀ ਰਾਤ ਬਾਬਾ ਜੀ ਦੇ ਨੇਤਰ ਬੰਦ ਰਹੇ, ਆਨੰਦ ਵਿੱਚ ਮਗਨ ਰਹੇ। ਕਿਉਂ? ਉਹਨਾਂ ਦਸਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ ਹੈਗੇ ਜੀ, ਤਾਂ ਕਥਾ ਸੁਣਾਉਂਦਾ ਹੈ ਜੀ। ਉਹ ਮੈਨੂੰ ਆ ਗੁਰਦਾਸਪੁਰ ਤੋਂ ਭਾਈ ਸਾਹਿਬ ਆਉਂਦੇ ਹੁੰਦੇ, ਸੁਖਜਿੰਦਰ ਸਿੰਘ ਜੀ, ਕਦੀ ਕਦੀ ਕਥਾ ਸੁਣਦਾ। ਮੈਨੂੰ ਕਹਿੰਦੇ ਮੇਰੀ ਕਥਾ ਹੀ ਕਿਰੀ ਜਾਂਦਾ, ਕਦੀ ਵੇਖਿਆ ਵੀ ਹੈਗਾ ਜੀ, ਕਦੀ ਮਿਲਿਆ ਮਹਾਰਾਜ ਨੂੰ। ਉਹ ਮੈਂ ਕਿਹਾ ਜੀ ਹੱਥ ਜੋੜੇ, ਅਸੀਂ ਤਾਂ ਸਾਖੀਆਂ ਸੁਣਾਉਣ ਵਾਲੇ ਬੰਦੇ ਹੈਗੇ ਹਾਂ ਜੀ। ਹਾਂਜੀ, ਕਹਿੰਦੇ ਜਦੋਂ ਕੋਈ ਵੇਖ ਕੇ ਸੁਣਾਉਂਦਾ, ਮਿਲ ਕੇ ਸੁਣਾਉਂਦਾ, ਉਹਦੀ ਗੱਲ ਹੋਰ ਹੁੰਦੀ ਹੈ। ਉਹ ਬਾਬਾ ਜੀ ਨੇ ਤਾਂ ਦਰਸ਼ਨ ਕੀਤੇ ਸੀਗੇ, ਖੁਸ਼ੀਆਂ ਲਈਆਂ ਸੀ ਮਹਾਰਾਜ ਦੀਆਂ। ਸਾਰੀ ਰਾਤ ਨੇਤਰ ਬੰਦ ਕਰਕੇ ਬੈਠੇ ਰਹੇ, ਜਾਗੇ ਜਬ ਪ੍ਰਭਾਤ ਹੋਏ ਆਈ। ਜਦੋਂ ਅੰਮ੍ਰਿਤ ਵੇਲਾ ਹੋਇਆ ਨਾ ਜੀ, ਅੰਮ੍ਰਿਤ ਵੇਲਾ, ਅੰਮ੍ਰਿਤ ਵੇਲੇ ਤੋਂ ਵੀ ਬਾਅਦ ਦਾ ਸਮਾਂ 'ਚ ਪ੍ਰਭਾਤ ਦਾ ਜੀ, ਦਿਨ ਚੜ੍ਹਨਾ ਸ਼ੁਰੂ ਹੋ ਗਿਆ ਜੀ। ਜਦੋਂ ਉਦੋਂ ਬਾਬਾ ਜੀ ਨੇ ਨੇਤਰ ਖੋਲ੍ਹੇ, ਉੱਠ ਕਰ ਸੌਚ ਸਮੇਤ ਇਸ਼ਨਾਨੇ, ਉੱਠ ਕੇ ਇਸ਼ਨਾਨ ਪਾਨ ਕੀਤਾ ਬਾਬਾ ਰਾਮ ਕੁਇਰ ਜੀ ਨੇ। ਵੱਡਾ ਭਾਰਾ ਸਰੀਰ ਸੀਗਾ ਜੀ ਉਹਨਾਂ ਦਾ। ਥਿਰੇ ਆਨ ਆਸਨ ਜਿਸ ਥਾਨੇ, ਅਤੇ ਜਿਸ ਥਾਂ 'ਤੇ ਉਹਨਾਂ ਦਾ ਆਸਣ ਸੀਗਾ ਰਮਦਾਸ ਦੀ ਧਰਤੀ 'ਤੇ, ਉੱਥੇ ਆ ਕੇ ਮੁੜ ਬੈਠ ਗਏ। ਸੁਣਨ ਹੇਤ ਸ਼੍ਰੋਤਾ ਚੱਲ ਆਏ, ਅਤੇ ਗੁਰਸਿੱਖਾਂ ਨੂੰ ਪਤਾ ਲੱਗਾ ਵੀ ਬਾਬਾ ਜੀ ਉੱਠ ਗਏ ਆ ਸਮਾਧੀ ਤੋਂ। ਉਹ ਫਿਰ ਬਾਬਾ ਜੀ ਦੇ ਕੋਲ ਆ ਕੇ ਬਹਿ ਗਏ। ਬਾਬਾ ਜੀ ਅੱਗੇ ਕਥਾ ਸੁਣਾਓ ਮਹਾਰਾਜ ਦੀ, ਅੱਗੇ ਕੀ ਹੋਇਆ ਸੀਗਾ? ਹਾਂਜੀ, ਗੁਰੂ ਚਰਿੱਤਰ ਜਿਨ ਕੇ ਮਨ ਭਾਏ। ਕਿਉਂ? ਉਹਨਾਂ ਕਥਾ ਸੁਣਨ ਵਾਲਿਆਂ ਨੂੰ ਵੀ ਮਹਾਰਾਜ ਦੀ ਕਥਾ ਬੜੀ ਚੰਗੀ ਲੱਗਦੀ ਸੀਗੀ ਜੀ। ਮਹਾਰਾਜ ਦੇ ਚਰਿੱਤਰ ਬੜੇ ਹੀ ਚੰਗੇ ਲੱਗਦੇ ਸੀਗੇ, ਮਹਾਰਾਜ ਦੇ ਕੌਤਕ ਬੜੇ ਹੀ ਚੰਗੇ ਲੱਗਦੇ। ਵੇਖੋ, ਸੁਣਨ ਅਤੇ ਸੁਣਾਉਣ ਵਾਲੇ ਦੀ ਸ਼ਰਧਾ ਹੋਵੇ ਤਾਂ ਪ੍ਰੇਮ ਦਾ ਜਨਮ ਹੁੰਦਾ ਜੀ। ਸੁਣਨ ਵਾਲਾ ਵੀ ਸਾਧ ਸੰਗਤ ਸ਼ਰਧਾ ਵਾਲਾ ਹੋਵੇ ਜੀ। ਹਾਂਜੀ, ਸੰਮਤ 1781, ਸੰਮਤ 1781 ਦਾ ਸਮਾਂ ਸੀਗਾ ਜੀ। ਜੇਠ ਮਾਸ ਇਹ ਕਥਾ ਪ੍ਰਕਾਸ਼ੀ, ਜੇਠ ਮਹੀਨਾ ਸੀ ਜੇਠ ਦਾ, ਗਰਮੀ ਦੀ ਰੁੱਤ ਸੀਗੀ ਜਦੋਂ ਬਾਬਾ ਜੀ ਨੇ ਇਹ ਪ੍ਰਸੰਗ ਸੁਣਾਇਆ ਸੀਗਾ ਜੀ, ਪਾਣੀ ਵਾਲਾ। ਸਿੰਘ ਸਿੱਖਣ ਕੋ ਲੱਗਿਓ ਦੀਵਾਨ, ਬੜੇ ਬੜੇ ਸਿੰਘ ਔਰ ਬੜੇ ਬੜੇ ਪ੍ਰੇਮ ਵਾਲੇ ਸਿੱਖ ਸਾਰੇ ਆ ਕੇ ਬੈਠ ਗਏ ਜੀ। ਰਾਮ ਕੁਇਰ ਤਵ ਕਹਿਤ ਬਖਾਨ, ਤੇ ਰਾਮ ਕੁਇਰ ਜੀ ਸਾਧ ਸੰਗਤ ਜੀ ਕਥਾ ਕਰਨ ਲੱਗੇ ਜੀ ਅੱਗੋਂ ਜੀ। ਹੁਣ ਨਾ ਬੜੇ ਧਿਆਨ ਨਾਲ ਗੱਲਾਂ ਸੁਣਿਓ, ਬਚਨ ਸੁਣਿਓ, ਬੜੇ ਕੀਮਤੀ ਹਨ। ਭੂਲ ਚੂਕ ਮੁਝ ਤੇ ਜਹ ਹੋਏ, ਗੱਜ ਕੇ ਆਖੋ ਸ੍ਰੀ ਵਾਹਿਗੁਰੂ, ਵਾਹਿਗੁਰੂ, ਫਿਰ ਗੱਜ ਕੇ ਕਹਿ ਦਿਓ ਵਾਹਿਗੁਰੂ। ਬਾਬਾ ਰਾਮ ਕੁਇਰ ਜੀ ਗੁਰਸਿੱਖਾਂ ਨੂੰ ਹੱਥ ਜੋੜ ਕੇ ਕਹਿੰਦੇ, ਗੁਰਸਿੱਖੋ ਇਹ ਗੁਰੂ ਸਾਹਿਬ ਦੀ ਕਥਾ ਹੈ, ਬੜੀ ਅਗਮ ਅਗਾਧ ਕਥਾ ਹੈ ਮਹਾਰਾਜ ਦੀ, ਅਤੇ ਮੇਰੇ ਕੋਲੋਂ ਸੁਣਾਉਂਦਿਆਂ ਬੜੀਆਂ ਹੀ ਭੁੱਲਾਂ ਹੁੰਦੀਆਂ ਕਹਿੰਦੇ। ਹਾਂਜੀ, ਗੁਰ ਬਖਸ਼ਿੰਦ ਬਖਸ਼ ਹੈ ਸੋਏ, ਗੁਰੂ ਸਾਹਿਬ ਬਖਸ਼ਿੰਦ ਨੇ, ਮਹਾਰਾਜ ਬਖਸ਼ ਲੈਂਦੇ ਨੇ ਸੱਚੇ ਪਾਤਸ਼ਾਹ। ਅਗਮ ਅਗਾਧ ਗੁਰੂ ਇਤਿਹਾਸ, ਕਹਿੰਦੇ ਗੁਰਸਿੱਖੋ ਗੁਰੂ ਸਾਹਿਬ ਦਾ ਇਤਿਹਾਸ ਅਗਮ ਹੈ, ਅਗਾਧ ਹੈ। ਵੇਖੋ ਨਾ ਜੀ,
ਇੱਕ ਦਿਨ ਦੀ ਕਥਾ ਕਰਨੀ ਔਖੀ ਹੈ ਵੀ ਇੱਕ ਦਿਨ ਵਿੱਚ ਮਹਾਰਾਜ ਨੇ ਕੀ ਕੀਤਾ। ਇਹ ਤਾਂ ਹੀ ਥੋੜ੍ਹਾ ਰਸ ਲੈ ਸਕਦੇ ਹਾਂ, ਥੋੜ੍ਹੇ ਬਚਨ ਕਰ ਸਕਦੇ ਹਾਂ। ਉਹ ਕਹਿੰਦੇ ਹੈ, ਮਹਾਰਾਜ ਦਾ ਇਤਿਹਾਸ ਅਗਮ ਹੈ, ਅਗਾਧ ਹੈ। ਹਾਂਜੀ, ਨਰ ਬਪਰੇ ਕੀ ਬੁੱਧ ਕਹਾਂ ਸੋ। ਵਾਹ ਵਾਹ ਵਾਹ, ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਕਹਿੰਦੇ ਗੁਰਸਿੱਖੋ, ਮੈਂ ਆ ਮਨੁੱਖ, ਉਹ ਵੀ ਵਿਚਾਰਾ ਜਿਹਾ, ਨਿੱਕਾ ਜਿਹਾ, ਛੋਟਾ ਜਿਹਾ, ਮੇਰੀ ਕਿੱਥੋਂ ਇੰਨੀ ਬੁੱਧੀ ਹੈ, ਮੈਂ ਆਪਣੇ ਗੁਰੂ ਦੀ ਸਾਰੀ ਕਥਾ ਕਰ ਲਵਾਂ। ਅੱਜ ਸੱਚੀ ਗੱਲ ਹੈ, ਗਿਆਨੀ ਜਿਹੜੇ ਸਾ ਜੀ, ਉਹ ਵੀ ਬਚ ਹਉਮੇ ਵਿੱਚ ਘਿਰੇ ਪਏ ਜੇ। ਅਸੀਂ ਬੜੀ ਕਥਾ ਕਰਦੇ ਹਾਂ, ਨਹੀਂ ਸਾਧ ਸੰਗਤ ਜੀ, ਸਾਡੀ ਮੱਤ ਬਹੁਤ ਛੋਟੀ, ਗੁਰੂ ਜੀ ਬੜੇ ਵੱਡੇ। ਤੂੰ ਸਮਰੱਥ ਵੱਡਾ, ਮੇਰੀ ਮੱਤ ਥੋਰੀ ਰਾ, ਕਛੂ ਨਾ ਜਾਨਾ ਮੱਤ ਮੇਰੀ ਥੋਰੀ। ਹਾਂਜੀ ਬੋਲੋ, ਕਛੂ ਨਾ ਜਾਨਾ ਮੱਤ ਮੇਰੀ ਥੋਰੀ। ਥੋੜ੍ਹੀ ਹੈ ਹੁਣ, ਥੋੜ੍ਹੀ ਚੀਜ਼ ਜਿਹੜੀ ਉਹ ਬਹੁਤੀ ਦਾ ਕਿਵੇਂ ਮੁਕਾਬਲਾ ਕਰੇਗੀ। ਜਥਾ ਸਮੁੰਦਰ ਨਾ ਸੀਪ ਉਲੀਚੇ, ਹਾਂਜੀ, ਤਾਰੇ ਜਿਮ ਅਸੰਖ ਨਭ ਬੀਚੇ। ਜਿਵੇਂ ਇੱਕ ਸਮੁੰਦਰ ਨੂੰ ਸਿੱਪੀ ਆਪਣੇ ਵਿੱਚ ਬੰਦ ਨਹੀਂ ਕਰ ਸਕਦੀ ਜੀ, ਸਿੱਪੀ ਬਹੁਤ ਛੋਟੀ ਹੈ, ਔਰ ਅਸਮਾਨ ਦੇ ਤਾਰੇ ਨਹੀਂ ਗਿਣੇ ਜਾ ਸਕਦੇ ਜੀ। ਹਾਂਜੀ, ਤਥਾ ਕਥਾ ਗੁਰ ਬਰਨੈ ਕੌਣ। ਬਸ ਸਿੱਖ ਸਮਝ ਲਵੇ, ਇਸੇ ਤਰ੍ਹਾਂ ਗੁਰੂ ਦੀ ਪੂਰੀ ਕਥਾ ਨਹੀਂ ਹੋ ਸਕਦੀ ਜੀ। ਐਵੇਂ ਭੁਲੇਖਾ ਹੀ ਹੈਗਾ ਬੰਦੇ ਨੂੰ ਵੀ ਅਸੀਂ ਬੜੀ ਕਰ ਲਈ, ਅਸੀਂ ਬੜੀ ਸੁਣ ਲਈ। ਨਹੀਂ ਸੰਗਤ ਜੀ, ਨਹੀਂ ਹੋ ਸਕਦੀ, ਇਹ ਨਹੀਂ ਹੋ ਸਕਦੀ ਪੂਰੀ ਜੀ। ਕਹਿਤ ਸੁਨਤ ਸਿੱਖ ਸੁਖ ਭੌਣ। ਹਾਂ, ਕਹਿੰਦੇ ਬਾਬਾ ਰਾਮ ਕੋਇਰ ਜੀ, ਕਹਿੰਦੇ ਗੁਰਮੁਖੋ, ਇੱਕ ਬੜਾ ਵੱਡਾ ਫਾਇਦਾ, ਕਥਾ ਕਹਿੰਦਿਆਂ, ਬੋਲਦਿਆਂ ਅਤੇ ਸੁਣਦਿਆਂ ਮਨ ਗੁਰੂ ਦੇ ਯਾਦ ਵਿੱਚ ਜੁੜ ਜਾਂਦਾ, ਗੁਰੂ ਦੀ ਯਾਦ ਵਿੱਚ, ਅਤੇ ਸੁੱਖ ਮਿਲਦਾ ਮਨ ਨੂੰ, ਮਨ ਨੂੰ ਆਨੰਦ ਮਿਲਦਾ। ਪਿੱਛੇ ਜੇ ਆਪਣੇ ਕੋਲ ਦਿੱਲੀ ਤੋਂ ਸਿੰਘ ਆਇਆ ਸੀਗਾ ਜੀ, ਡਿਪਰੈਸ਼ਨ ਵਿੱਚ ਸੀਗਾ ਜੀ, ਉਹ ਡਿਪਰੈਸ਼ਨ ਵਿੱਚ ਸੀ। ਉਹ ਕਿਤੇ ਨੈੱਟ ਚਲਾਉਂਦਿਆਂ ਚਲਾਉਂਦਿਆਂ ਕੁਦਰਤੀ ਨਾਨਕ ਪ੍ਰਕਾਸ਼ ਗ੍ਰੰਥ ਦੀ ਕਥਾ ਅੱਗੇ ਆ ਗਿਆ ਜੀ, ਐਪੀਸੋਡ ਇੱਕ ਅੱਗੇ ਆ ਗਿਆ। ਕਹਿੰਦਾ ਮੈਂ ਇੱਕ ਸੁਣੀ, ਦੋ ਸੁਣੀ, ਤਿੰਨ ਸੁਣਿਆ, ਫਿਰ ਸਾਰੀ ਦਿਹਾੜੀ ਸਾਡੇ ਘਰ ਕਥਾ ਹੀ ਚੱਲਦੀ ਰਿਹਾ ਕਰੇ। ਬਸ ਕਹਿੰਦਾ ਕਥਾ ਸੁਣਦਿਆਂ ਸੁਣਦਿਆਂ ਮੇਰੇ ਸਾਰੇ ਡਿਪਰੈਸ਼ਨ ਦੂਰ ਹੋ ਗਏ ਜੀ। ਕਹਿੰਦਾ ਮੈਂ ਰਾਜੀ ਖੁਸ਼ੀ ਤੁਹਾਡੇ ਸਾਹਮਣੇ ਮਿਲਣ ਵਾਸਤੇ ਆਇਆ। ਹਾਂਜੀ, ਬੜੇ ਬੜੇ ਦੁੱਖ ਦੂਰ ਹੋ ਜਾਂਦੇ ਜੀ। ਬਾਬਾ ਜਗਜੀਤ ਸਿੰਘ ਹਰਖੋਵਾਲ ਵਾਲੇ ਨਾ ਜੀ, ਜਿਹੜੇ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਕਰਦੇ ਹੁੰਦੇ ਸੀਗੇ, ਸੁਲਤਾਨਪੁਰ ਲੋਧੀ ਗੁਰਦੁਆਰਾ ਬੇਰ ਸਾਹਿਬ, ਇੱਕ ਹਿੰਦੂ ਬੰਦਾ ਕਥਾ ਸੁਣਨ ਲਈ ਆਉਂਦਾ ਹੁੰਦਾ ਸੀ। ਉਹਦੀ ਘਰਵਾਲੀ ਨਾ ਜੀ ਬੜੇ ਚਿਰ ਤੋਂ ਮੰਜੇ 'ਤੇ ਜੂੜੀ ਪਈ ਸੀਗੀ ਜੀ। ਹਾਂਜੀ, ਉੱਠ ਨਹੀਂ ਸੀ ਸਕਦੀ, ਹੱਥ ਪੈਰ ਜੂੜੇ ਸੀਗੇ, ਬੜਾ ਬੁਰੇ ਹਾਲ। ਉਹ ਕਹਿੰਦਾ ਵੀ ਇਹ ਪ੍ਰੋਬਲਮ ਹੈ ਮੈਨੂੰ। ਉਹ ਕਹਿੰਦੇ ਤੂੰ ਰੋਜ਼ ਕਥਾ ਸੁਣਨ ਆਉਂਦਾ, ਡੋਲੂ ਪਾਣੀ ਦਾ ਭਰ ਕੇ ਲਾਗੇ ਰੱਖ ਲਿਆ ਕਰ,
ਉਹ ਜਾ ਕੇ ਆਪਣੀ ਘਰ ਦੀ ਨੂੰ ਛਕਾ ਦਿਆ ਕਰ। ਮੈਨੂੰ ਪਤਾ ਵੀ ਕੈਮਰਾ ਚੱਲ ਰਿਹਾ, ਲਾਈਵ ਪ੍ਰੋਗਰਾਮ ਚੱਲ ਰਿਹਾ, ਲੋਕ ਉਲਟ ਬੰਨੇ ਵੀ ਗੱਲ ਖੜ ਸਕਦੇ ਹੈ, ਪਰ ਉਹ ਬੰਦਾ ਅੱਜ ਵੀ ਹੈ ਸੁਲਤਾਨਪੁਰ ਲੋਧੀ ਵਿੱਚ। ਬਾਬੇ ਵੀ ਹੈਗੇ ਜਗਜੀਤ ਸਿੰਘ ਰਖੋਵਾਲ ਵਾਲੇ, ਉਹ ਬੰਦਾ ਵੀ ਹਿੰਦੂ ਬੰਦਾ ਹੈ। ਉਹਨੇ ਰੋਜ਼ ਜਾਣਾ, ਕਥਾ ਸੁਣਨੀ, ਅੱਗੇ ਉਹ ਡੋਲੂ ਰੱਖ ਲੈਣਾ, ਜਾ ਕੇ ਘਰ ਵਾਲੀ ਨੂੰ ਛਕਾ ਦੇਣਾ, ਤਾਂ ਰਾਜ਼ੀ ਹੋ ਜਾਣੀ ਜੀ, ਰਾਜ਼ੀ ਹੋ ਗਈ ਜੀ। ਮਹਾਰਾਜ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕਥਾ ਜੀ, ਕਥਾ ਦਾ ਪ੍ਰਤਾਪ। ਬਾਬਾ ਰਾਮ ਕੋਇਰ ਜੀ ਕਹਿੰਦੇ ਕਥਾ ਤਾਂ ਨਹੀਂ ਪੂਰੀ ਹੋ ਸਕਦੀ, ਹਾਂ ਸੁਣ ਕੇ ਸੁੱਖ ਜ਼ਰੂਰ ਮਿਲ ਸਕਦਾ। ਹਾਂਜੀ, ਸਕਲ ਕਾਮਨਾ ਪੂਰਨ ਹਾਰੀ, ਜਿਹੜਾ ਸਿੱਖ ਪ੍ਰੇਮ ਨਾਲ ਕਥਾ ਸੁਣੇਗਾ ਉਹਦੀਆਂ ਸਾਰੀਆਂ ਕਾਮਨਾਵਾਂ ਵੀ ਪੂਰੀਆਂ ਹੋਣਗੀਆਂ ਜੀ। ਕਿਉਂ? ਜਪ ਤਪ ਬਣ ਗਿਆ ਨਾ ਜੀ, ਇੱਕ ਜਪ ਤਪ ਬਣ ਗਿਆ। ਆਪਣਾ ਸਵਿਜ਼ਰਲੈਂਡ 'ਚੋਂ ਸਿੰਘ ਆਇਆ ਸੀ ਇੱਕ, ਕਹਿੰਦਾ ਮੈਂ ਟਰੱਕ ਚਲਾਉਂਦਾ, ਉੱਠਦਿਆਂ ਸਾਰ, ਕਹਿੰਦਾ ਕਥਾ 'ਚੋਂ ਹੀ ਸਾਰਾ ਪਤਾ ਲੱਗਾ, ਉੱਠਦਿਆਂ ਸਾਰ ਇਸ਼ਨਾਨ ਕਰਕੇ 25 ਪਾਠ ਜਪਜੀ ਸਾਹਿਬ ਦੇ ਸੁਣਦਾ ਹਾਂ, 8 ਘੰਟੇ ਕਥਾ ਸੁਣਦਾ ਰੋਜ਼ ਦੀ, ਕਹਿੰਦਾ ਮੈਂ ਮਿਲਦਾ ਕੀ ਤੈਨੂੰ? ਕਹਿੰਦਾ ਸੁੱਖ ਮਿਲਦਾ। ਕਹਿੰਦਾ ਜਦੋਂ ਦਾ ਇਹ ਕੰਮ ਸ਼ੁਰੂ ਕੀਤਾ ਬਸ ਦੁੱਖ ਤਕਲੀਫਾਂ ਪਤਾ ਹੀ ਨਹੀਂ ਜੀ। ਬਾਬਾ ਰਾਮ ਕੋਇਰ ਜੀ ਕਹਿੰਦੇ ਜਿਹੜਾ ਪਿਆਰ ਨਾਲ ਗੁਰੂ ਦਾ ਜਸ ਸੁਣੇਗਾ ਉਹਦੇ ਦੁੱਖ ਤਕਲੀਫਾਂ ਆਪੇ ਹੀ ਦੂਰ ਹੋ ਜਾਣਗੀਆਂ। ਸਿੱਖੀ ਹੋਏ ਸ਼ਰਧਾ ਔਰ ਭਾਰੀ, ਹਾਂ ਸਿੱਖੀ 'ਚ ਸ਼ਰਧਾ ਪੈਦਾ ਹੋ ਜਾਏਗੀ ਜੀ। ਜਿਹੜਾ ਇੱਕ ਵਾਰੀ ਸੂਰਜ ਪ੍ਰਕਾਸ਼ ਗ੍ਰੰਥ ਦੀ ਕਥਾ ਸੁਣ ਲਏ ਉਹਦਾ ਮਨ ਇੱਧਰ ਉੱਧਰ ਜਾਂਦਾ ਹੀ ਨਹੀਂ ਜੀ, ਉਹ ਮਹਾਰਾਜ ਦੇ ਚਰਨਾਂ 'ਚ ਰਹਿੰਦਾ ਜੀ, ਉਹਨੂੰ ਉਹਦੇ ਅੰਦਰ ਸ਼ਰਧਾ ਹੀ ਇੰਨੀ ਪੈਦਾ ਹੋ ਜਾਂਦੀ ਜੀ। ਆ ਜਦੋਂ ਆਉਂਦੇ ਨਾ ਗੁਰਸਿੱਖ ਬਾਹਰੋਂ ਮਿਲਦੇ ਦੱਸਦੇ, ਕਮਾਲ ਹੈ ਜੀ। ਸੁਣ ਸੁਣ ਕੇ ਕਹਿੰਦੇ ਅਸੀਂ ਪਾਕਿਸਤਾਨ ਗਏ, ਲਾਹੌਰ ਵਿੱਚ ਗਏ, ਜਾ ਕੇ ਵੇਖ ਕੇ ਆਏ, ਕੰਧ ਵੇਖ ਕੇ ਆਏ ਜਿੱਥੋਂ ਬਾਬੇ ਬਿਧੀ ਚੰਦ ਨੇ ਘੋੜਾ ਲਿਆ ਕੇ ਆਉਂਦਾ ਸੀ ਥੱਲੇ, ਉਹ ਸਾਨੂੰ ਹੀ ਅੱਗੋਂ ਆ ਕੇ ਸੁਣਾਉਂਦੇ ਵੀ ਇੰਜ ਗਏ ਸਾਂ, ਉੱਥੇ ਇਹ ਇਤਿਹਾਸ ਸੀਗਾ, ਇੰਜ ਸੀ। ਕਹਿੰਦਾ ਸਾਨੂੰ ਸਾਰਾ ਹੀ ਪਤਾ ਸੀ ਪਹਿਲਾਂ, ਕਥਾ ਸੁਣੀ ਮਹਾਰਾਜ ਦੀ। ਜਦੋਂ ਕਥਾ ਸੁਣ ਲੈਂਦਾ ਫਿਰ ਗੁਰਦੁਆਰਿਆਂ ਦੇ ਦਰਸ਼ਨ ਕਰਨ ਦਾ ਆਨੰਦ ਆਉਣ ਲੱਗ ਪੈਂਦਾ ਜੀ। ਸੋ ਕਹਿੰਦੇ ਇਹਦੇ ਨਾਲ ਸ਼ਰਧਾ ਪੈਦਾ ਹੋਏਗੀ। ਗੁਰ ਕਰੁਣਾ ਤੇ ਚਾਰ ਪਦਾਰਥ, ਗੁਰੂ ਦੀ ਮਿਹਰ ਹੋਏਗੀ, ਗੁਰੂ ਦੀ ਮਿਹਰ ਨਾਲ ਚਾਰ ਪਦਾਰਥ ਮਿਲਣਗੇ, ਧਰਮ ਅਰਥ ਕਾਮ ਮੋਕਸ਼, ਸਤਿਗੁਰ ਕਹਿ ਬਸ ਚਾਰ ਪਦਾਰਥ, ਇਹ ਮਹਾਰਾਜ ਦੇ ਵੱਸ ਹੈ ਨਾ। ਹਾਂਜੀ, ਪਾਏ ਕਥਾ ਤੇ ਪੁਰਵਹ ਸਾਰਥ, ਇਸ ਕਰਕੇ ਗੁਰਸਿੱਖੋ ਕਥਾ ਸੁਣਿਆ ਕਰੋ, ਕਥਾ ਸੁਣ ਕੇ ਸਭ ਕੁਝ ਮਿਲੇਗਾ, ਸੁੱਖ ਸ਼ਾਂਤੀ ਭਜਨ ਬੰਦਗੀ ਸੇਵਾ ਸਿਮਰਨ ਸਾਰੀਆਂ ਦਾਤਾਂ ਗੁਰੂ ਦੇ ਜਸ ਸੁਣਨ ਨਾਲ ਮਿਲਣਗੀਆਂ। ਸੁਣੋ ਪ੍ਰੀਤ ਕਰ ਸਰੋਤਾ ਸਾਰੇ, ਪਰ ਸਰੋਤਿਓ ਸਿੰਘੋ ਪਿਆਰ ਨਾਲ ਕਥਾ ਸੁਣਿਓ, ਆਖੋ ਸ੍ਰੀ ਵਾਹਿਗੁਰੂ। ਹਾਂਜੀ, ਪਿਆਰ ਨਾਲ ਕਥਾ ਸੁਣੇ, ਜਦੋਂ ਬੰਦਾ ਪਿਆਰ ਨਾਲ ਸੁਣੇ ਉਹਦੀ ਖੇਡ ਹੋਰ ਹੁੰਦੀ ਹੈ। ਹਾਂਜੀ, ਕਹੋ ਕਥਾ ਗੁਰ ਕੀ ਵਿਸਤਾਰੇ, ਕਹਿੰਦੇ ਹੁਣ ਮੈਂ ਤੁਹਾਨੂੰ ਅੱਗੋਂ ਕਥਾ ਦੱਸਦਾ ਸੱਚੇ ਪਾਤਸ਼ਾਹ ਜੀ ਦੀ। ਭੀਮ ਚੰਦ ਤੇ ਆਦ ਪਹਾਰੀ, ਦਿੱਲੀ ਪਠਿਓ ਵਕੀਲ ਅਗਾਰੀ, ਅੱਗੋਂ ਹੁਣ ਪ੍ਰਸੰਗ ਬਦਲ ਜਾਏਗਾ। ਭੀਮ ਚੰਦ ਤੇ ਪਹਾੜੀ ਰਾਜਿਆਂ ਨੇ ਦਿੱਲੀ ਬੰਦਾ ਭੇਜਣਾ ਔਰੰਗਜ਼ੇਬ ਦੇ ਕੋਲ,
ਉਹ ਜਿਵੇਂ ਕਥਾ ਆਏਗੀ ਮਹਾਰਾਜ ਦੇ ਉੱਤੇ ਫੌਜਾਂ ਚੜ੍ਹਨਗੇ ਉਹ ਸਾਰੀ ਕਥਾ ਆਪਾਂ ਸੁਣਾਂਗੇ। ਮਹਾਰਾਜ ਤੇ ਆਨੰਦ ਚ ਨੇ ਜੀ ਗੁਰੂ ਗੋਬਿੰਦ ਸਿੰਘ ਜੀ। ਸੋ ਸਤਿਗੁਰੂ ਜੀ ਮਿਹਰ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਨਾਲ ਪੰਗਤੀ ਪੜ੍ਹੋ ਫਿਰ ਖਿਮਾ ਮੰਗੀਏ। ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ। ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਿਓ ਸਭ ਨੂੰ ਜੀ ਆਇਆਂ ਨੂੰ। ਭਾਈ ਜਤਿੰਦਰ ਸਿੰਘ ਜੀ ਇੰਗਲੈਂਡ ਤੋਂ, ਹੋਰ ਉਹਨਾਂ ਦੇ ਨਾਲ ਉਹਨਾਂ ਦੀ ਬੱਚੀ ਆਈ ਹੈ, ਪਰਿਵਾਰ ਆਇਆ, ਅਤੇ ਇਹਨਾਂ ਦੀ ਛੋਟੀ ਜਿਹੀ ਬੱਚੀ ਸੀ ਕਿਰਪਾ ਕੌਰ, ਹੁਣ ਤਾਂ ਵੱਡੀ ਹੋ ਗਈ ਹੈ। ਅਤੇ ਉਹ ਜਦੋਂ ਇਹ ਆਏ ਸੀ ਸਾਰੇ ਪਰਿਵਾਰ ਸਮੇਤ, ਉਦੋਂ ਦਾ ਹੀ ਮੈਨੂੰ ਯਾਦ ਹੈ ਇਹਨਾਂ ਦੇ ਸਾਰੇ ਪਰਿਵਾਰ ਬਾਰੇ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਰਿਆਂ ਦੀ ਹਾਜ਼ਰੀ ਗੁਰੂ ਜੀ ਆਪਣੇ ਚਰਨਾਂ ਵਿੱਚ ਲਵਾਉਣ, ਭੁੱਲਾਂ ਦੀ ਮਾਫ਼ੀ ਬਖਸ਼ਿਓ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।